ਕੁੜੀਆਂ ਪਿੱਛੇ ਗੇੜੇ ਮਾਰਦੇ ਸੀ, ਦੁਕਾਨਦਾਰ ਨੇ ਰੋਕਿਆ ਤਾਂ ਨੌਜਵਾਨਾਂ ਨੇ ਆਪਣੇ ਨਾਲ ਦੇ ਬਦਮਾਸ਼ ਸੱਦ ਲਏ। ਜਿਸ ਤੋਂ ਬਾਅਦ ਦੇਖੋ ਕਿਵੇਂ ਫਿਰ ਦੁਕਾਨਦਾਰ ਅਤੇ ਉਸਦੇ ਮੁੰਡੇ ਦੀ ਕੁੱਟਮਾਰ ਕੀਤੀ ਹੈ। ਬਜ਼ੁਰਗ ਦਾ ਲਿਹਾਜ਼ ਵੀ ਨਹੀਂ ਕੀਤਾ, ਬਜ਼ੁਰਗ ਨੂੰ ਦੇਖਿਓ ਕਿੱਥੇ ਚੁੱਕ ਕੇ ਮਾਰਿਆ ਹੀ। ਤਾਂ ਦੱਸ ਦਈਏ ਕਿ ਐਕਟਿਵਾ ਸਵਾਰ ਇਹ ਨੌਜਵਾਨ ਜੋ ਤਸਵੀਰਾਂ ਦੇ ਵਿੱਚ ਤੁਹਾਨੂੰ ਇੱਕ ਦੁਕਾਨ ਦੇ ਵੱਲ ਆਉਂਦੇ ਹੋਏ ਦਿਖਾਈ ਦੇ ਰਹੇ ਹੋਣੇ, ਦਰਅਸਲ ਇਹ ਨੌਜਵਾਨ ਕੁੜੀਆਂ ਛੇੜਦੇ ਨੇ। ਜੀ ਹਾਂ, ਕੁੜੀਆਂ ਛੇੜਨ ਵਾਲੇ ਇਹ ਮੰਡੀਰ ਹੈ ਜਿਹੜੀ ਕਿ ਗਲੀਆਂ ਦੇ ਵਿੱਚ ਕੁੜੀਆਂ ਦਾ ਬਾਹਰ ਨਿਕਲਣਾ ਵੀ ਘਰੋਂ ਬਾਹਰ ਨਿਕਲਣਾ ਔਖਾ ਕਰ ਦਿੰਦੀ ਹੈ। ਕੁੜੀਆਂ ਇਸੇ ਕਰਕੇ ਦਬ ਦਬ ਕੇ ਆਪਣੇ ਘਰ ਦੇ ਵਿੱਚ ਹੀ ਰਹਿਣਾ ਪਸੰਦ ਕਰਦੀਆਂ ਨੇ, ਕਿਉਂਕਿ ਕੁਝ ਅਜਿਹੇ ਨੌਜਵਾਨ ਗਲੀਆਂ ਦੇ ਵਿੱਚ ਘੁੰਮਦੇ ਨੇ ਜੋ ਕਿ ਕੁੜੀਆਂ ਦੇ ਨੱਕ 'ਚ ਦਮ ਕਰਕੇ ਰੱਖਦੇ ਨੇ, ਕੁੜੀਆਂ ਨੂੰ ਛੇੜਦੇ ਨੇ। ਤਾਂ ਇਸੇ ਤਰੀਕੇ ਦੇ ਨਾਲ ਇਹਨਾਂ ਦੇ ਵਿੱਚੋਂ ਇੱਕ ਨੌਜਵਾਨ ਕੁੜੀਆਂ ਦੇ ਪਿੱਛੇ ਸਕੂਲੀ ਕੁੜੀਆਂ ਦੇ ਪਿੱਛੇ ਗੇੜੇ ਮਾਰ ਰਿਹਾ ਸੀ, ਤਾਂ ਇਸ ਦੁਕਾਨਦਾਰ ਨੇ ਉਸ ਨੂੰ ਰੋਕਿਆ, ਮਨਾ ਕੀਤਾ। ਪਹਿਲਾਂ ਤਾਂ ਉਹ ਨੌਜਵਾਨ ਗਾਲਾਂ ਕੱਢਣ ਲੱਗਾ, ਉਸ ਤੋਂ ਬਾਅਦ ਉਸਨੇ ਆਪਣੇ ਸਾਥੀ ਸੱਦ ਲਏ। ਸਾਥੀ ਦੇਖੋ ਕਿਵੇਂ ਪੂਰੀ ਫੀਲ ਦੇ ਨਾਲ, ਬਦਮਾਸ਼ਾਂ ਵਾਲੀ ਫੀਲ ਦੇ ਨਾਲ ਆਏ। ਐਕਟਿਵਾ 'ਤੇ ਸਵਾਰ ਹੋ ਕੇ ਦੋ ਐਕਟਿਵਾ 'ਤੇ ਸਵਾਰ ਹੋ ਕੇ 5 ਤੋਂ 6 ਬਦਮਾਸ਼ ਇਹ ਆਉਂਦੇ ਨੇ। ਸਿੱਧਾ ਜਾ ਕੇ ਨਾ ਹੀ ਕੋਈ ਗੱਲ ਕਰਦੇ ਨੇ, ਕੁਝ ਪੁੱਛਦੇ ਨੇ, ਸਿੱਧਾ ਜਾ ਕੇ ਇੱਕ ਸ਼ਖਸ ਜੋ ਕਿ ਦੁਕਾਨਦਾਰ ਹੈ ਉਸਦੇ ਚਪੇੜ ਜੜ ਦਿੰਦੇ ਨੇ, ਅਤੇ ਬਜ਼ੁਰਗ ਦੁਕਾਨਦਾਰ ਨੂੰ ਚੱਕ ਕੇ ਉਹ ਮਾਰਦੇ ਨੇ। ਜਿਸ ਤੋਂ ਬਾਅਦ ਜਿਹੜਾ ਦੁਕਾਨਦਾਰ ਹੁੰਦਾ ਹੈ ਉਹ ਦੁਕਾਨ ਦੇ ਵਿੱਚੋਂ ਸੋਟੀ ਕੱਢ ਕੇ ਲਿਆਉਂਦਾ, ਅਤੇ ਨਾਲ ਹੀ ਦੇਖੋ ਕਿਵੇਂ ਮੰਡੀਰ ਨੂੰ ਭਾਜੜਾ ਪੈ ਜਾਂਦੀਆਂ ਨੇ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਹੁਸ਼ਿਆਰਪੁਰ ਬਲਾਕ ਤਲਵਾੜਾ ਦੇ ਸੁਭਾਸ਼ ਨਗਰ ਦੀਆਂ, ਜਿੱਥੇ ਹਸਪਤਾਲ ਰੋਡ ਦੇ ਉੱਤੇ ਇੱਕ ਦੁਕਾਨ ਦੇ ਬਾਹਰ ਕੁੜੀਆਂ ਨੂੰ ਕੁਝ ਨੌਜਵਾਨ ਛੇੜ ਰਹੇ ਹੁੰਦੇ ਨੇ। ਦੁਕਾਨਦਾਰ ਮਨਾ ਕਰਦਾ ਏ, ਉਹਨਾਂ ਨੌਜਵਾਨਾਂ ਦੇ ਵੱਲੋਂ ਜੋ ਮੰਡੀਰ ਹੈ ਉਹਨਾਂ ਦੇ ਵੱਲੋਂ ਬਦਮਾਸ਼ ਸੱਦ ਲਏ ਜਾਂਦੇ ਨੇ ਅਤੇ ਦੁਕਾਨਦਾਰ 'ਤੇ ਹਮਲਾ ਕਰਦੇ ਨੇ। ਤਾਂ ਬਾਰ ਬਾਰ ਗਲੀਆਂ ਦੇ ਵਿੱਚ ਚੱਕਰ ਲਾਉਂਦੇ ਨੇ, ਇੱਕ ਵਾਰ, ਦੋ ਵਾਰ ਨਹੀਂ, 3 ਵਾਰ ਨਹੀਂ, ਪੂਰਾ ਦਿਨ ਕੁੜੀਆਂ ਦੇ ਪਿੱਛੇ ਗੇੜੇ ਲਾਉਂਦੇ ਨੇ, ਜਿਸ ਕਰਕੇ ਇਹਨਾਂ ਨੂੰ ਰੋਕਣਾ ਬੇਹੱਦ ਜ਼ਰੂਰੀ ਸੀ। ਦੁਕਾਨਦਾਰ ਨੇ ਹੌਸਲਾ ਦਿਖਾਉਂਦੇ ਹੋਏ ਇਹਨਾਂ ਨੂੰ ਰੋਕਿਆ, ਪਰ ਦੇਖੋ ਤੁਸੀਂ ਕਿਵੇਂ ਇਹਨਾਂ ਨੇ ਇਸ ਬਜ਼ੁਰਗ ਦੁਕਾਨਦਾਰ ਅਤੇ ਉਸਦੇ ਮੁੰਡੇ 'ਤੇ ਹਮਲਾ ਕਰ ਦਿੱਤਾ ਅਤੇ ਬਾਅਦ ਦੇ ਵਿੱਚ ਫਰਾਰ ਹੋ ਗਏ। ਤਾਂ ਦੱਸ ਦਈਏ ਕਿ ਸਾਰੇ ਬਦਮਾਸ਼ਾਂ ਦੇ ਕੋਲ ਜਾਣਕਾਰੀ ਮੁਤਾਬਕ ਤੇਜ਼ਧਾਰ ਹਥਿਆਰ ਸਨ, ਜਿਹੜੇ ਕਿ ਪੂਰੀ ਪਲੈਨਿੰਗ ਦੇ ਨਾਲ ਹਮਲਾ ਕਰਨ ਆਏ ਸੀ ਦੁਕਾਨਦਾਰ 'ਤੇ, ਪਰ ਦੁਕਾਨਦਾਰ ਦੇ ਮੁੰਡੇ ਨੇ ਸਾਰੇ ਹਮਲੇ ਦਾ ਪਲੈਨ ਚੌਪਟ ਕਰ ਦਿੱਤਾ। ਨੇੜੇ ਲੱਗੇ CCTV ਦੇ ਵਿੱਚ ਸਾਰੀ ਘਟਨਾ ਕੈਦ ਹੋਈ ਹੈ। ਆਓ ਦੁਕਾਨਦਾਰ ਅਤੇ ਉਸਦੇ ਮੁੰਡੇ ਤੋਂ ਜਾਣਦੇ ਹਾਂ ਕਿ ਕੀ ਗੱਲ ਹੋਈ ਸੀ ਅਤੇ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ ਕਿ ਨਹੀਂ। ਆਓ ਜਾਣ। ਕੀ ਨਾਮ ਹੈ ਜੀ ਆਪਣਾ? ਸਤਪਾਲ ਸਿੰਘ। ਸਤਪਾਲ ਜੀ, ਕੀ ਹੋਇਆ ਸੀ ਇੱਥੇ? ਲੜਾਈ ਝਗੜਾ ਹੋਇਆ, ਕੀ ਕਾਰਨ ਹੋਇਆ? ਉੱਥੇ ਗਲੀ 'ਚ ਰੌਣੀਆਂ ਮਾਰਦੇ ਸੀ ਮੁੰਡੇ, ਅਸੀਂ ਉਹਨਾਂ ਨੂੰ ਪੁੱਛਿਆ ਵੀ ਕੀ ਗੱਲ ਹੈਗੀ, ਅਤੇ ਉਹ ਉਲਟਾ ਗਾਲਾਂ ਲੈ ਪਏ ਕੱਢਣ, ਅਤੇ ਉਹ ਮੁੜਕੇ ਦਾ ਡੋਲੀ ਇਕੱਠੇ ਹੋ ਕੇ ਦਾ ਡੋਲੀ 10-12 ਬੰਦੇ ਆ ਗਏ, 15, ਅਤੇ ਉਹਨਾਂ ਨੇ ਆ ਕੇ ਤਾਂ ਫਿਰ ਧੱਕੇ ਮਾਰੇ ਸਾਨੂੰ, ਮੈਂ ਤਾਂ ਲੜੀ ਪਿਆ, ਤਾਂ ਫਿਰ ਜਿਹੜਾ ਬੰਦੇ ਇਕੱਠੇ ਹੋਏ ਤਾਂ ਦੌੜ ਗਏ ਉਹ। ਕਾਹਦੇ ਆਏ, ਕਾਹਦੇ 'ਤੇ ਸੀਗੇ? ਸਕੂਟਰੀਆਂ 'ਤੇ। ਜਾਨੋ ਮਾਰਨ ਦੇ ਦੁਆ ਕਰਨ ਦੇ ਆਏ, ਹਥਿਆਰ ਵਗੈਰਾ ਵੀ ਸੀਗੇ ਉਹਨਾਂ ਕੋਲ? ਖਾਲੀ ਆਏ ਨਾ, ਉਹਨਾਂ ਵੱਲ ਸੀਗੇ ਕੋਈ ਨਾ ਕੋਈ। ਕੀ ਹੁਣ ਮੰਗ ਕੀ ਕਰਦੇ ਹੋ? ਮੰਗ ਇਨਸਾਫ ਦੀ। ਪੁਲਿਸ ਪ੍ਰਸ਼ਾਸਨ ਸ਼ਿਕਾਇਤ ਦਿੱਤੀ ਹੈ? ਸ਼ਿਕਾਇਤ ਕਰਨ ਜਾ ਰਹੇ ਹਾਂ। ਭਾਅ ਜੀ, ਇੱਥੇ ਗਲੀ 'ਚ ਰੋਂਡੀਆਂ ਮਾਰਦੇ, ਮੈਂ ਪੁੱਛਿਆ ਕੀ ਕਰਦੇ ਪਏ, ਅਤੇ ਇੰਨੀ ਗੱਲ ਕਹੀ ਤਾਂ ਸਕੂਟੀ ਮਾਰੀ ਉਹਨਾਂ ਨੇ ਖਿੱਚੀ, ਤਾਂ ਅੱਗੇ ਜਾ ਕੇ ਗਾਲਾਂ ਲਾ ਪਏ ਕੱਢਣਾ, ਅਤੇ ਜਦੋਂ ਮੈਂ ਮਗਰ ਦੁਆੰਡਿਆਂ ਪੁੱਛਿਆ ਮੈਂ ਗਾਲਾਂ ਕਿਉਂ ਕੱਢਣ 'ਤੇ ਆ, ਅਤੇ ਮੁੜ ਕੇ ਮੁੰਡੇ ਲੈ ਕੇ ਆਉਂਦੇ ਸੀ ਕਿ ਮੈਨੂੰ ਕਿਸੇ ਦਾ ਫੋਨ ਆਇਆ ਬਾਹਰੋਂ ਕਿ ਮੁੰਡੇ ਘੁੰਮਣ ਦੇ ਦੁਕਾਨ ਦੇ ਬਾਹਰ, ਮੈਂ ਕਿਹਾ ਚੱਲ ਦੇਖ ਕੇ ਜਾਂਦਾ ਕੀ ਆ। ਮੈਂ CCTV ਚੈੱਕ ਕਰਨ ਲੱਗਾ ਦੁਕਾਨ 'ਤੇ ਆ ਕੇ,
ਤੇ ਇਹ ਮਿਹਨਤ ਪਾਣੀ 10-12 ਜਣੇ ਆਏ ਤੇ ਆਉਂਦੇ ਨਾਲ ਕੋਈ ਗੱਲ ਨਹੀਂ ਕੀਤੀ, ਹੱਥੋਂ ਪਾਈ ਕਰਨ ਲੱਗ ਪਏ ਤੇ ਮੇਰੇ ਫਾਦਰ ਸਾਹਿਬ ਤੇ ਵੀ ਨਾ ਹੱਥੋਂ ਪਾਈ ਕੀਤੀ ਤੇ ਮਗਰੋਂ ਫਿਰ ਮੈਂ ਦੁਕਾਨ 'ਤੇ ਕੋਈ ਡੰਡਾ ਡੁੰਡਾ ਦੇਖਣ ਲਈ ਭੱਜਿਆ ਕਿ ਮੈਂ ਚੱਲ ਮੈਂ ਕਰਾਂਗਾ, ਇੰਨੇ ਬੰਦੇ ਨੇ ਕਿੱਥੇ ਲੜੂੰਗਾ ਤੇ ਉਹ ਫਿਰ ਨਾਲ ਹੀ ਉਹ ਦੌੜ ਗਏ ਜੀ। ਤੇ ਕੋਈ ਹਥਿਆਰ ਵਗੈਰਾ ਵੀ ਸੀ ਇਹਨਾਂ ਦੇ? ਹਥਿਆਰ ਮੈਂ ਸਗੋਂ ਸੀ ਸੀ ਟੀ ਵੀ ਦੇਖਣਾ, ਹਥਿਆਰ ਕਹਿਣ ਦੇ ਸੁਣੇ ਜਾਇਆ ਆਣ ਗੁਆਂਢ ਦੇ ਜਿੰਨੇ ਬੰਦੇ ਸੀ ਕਹਿੰਦੇ ਕਿ ਹਥਿਆਰ ਵੀ ਲੈ ਕੇ ਆਏ। ਦੇਖੇ ਕਦੀ ਲੋਕਲ ਇੱਥੇ ਬੰਦੇ ਕਦੀ ਪਹਿਲੇ ਵੀ ਆਏ ਹੋਣ ਇੱਥੇ ਜਾਂ ਗੇੜੀਆਂ ਮਾਰਦੇ ਹੋਣ? ਭਾਜੀ ਬਾਈ ਫੇਸ ਤਾਂ ਮੈਂ ਜਾਣਦਾ ਨਹੀਂ, ਉਦਾਂ ਮੈਂ ਕਿਤੇ ਦੇਖੇ ਹੋਊਗਾ, ਮੈਨੂੰ ਤਾਂ ਪਛਾਣ ਵੀ ਨਹੀਂ ਹੈਗੀ ਨਹੀਂ ਇਹਨਾਂ ਦੀ। ਇਹ ਲੱਗਦਾ ਨਹੀਂ ਥਾਣਾ ਵਾਲੇ ਮਿਲਿਆ ਤਾਂ ਨਹੀਂ, 50 ਮੀਟਰ ਵੀ ਦੂਰ ਨਹੀਂ ਤਾਂ ਇੱਥੇ ਆ ਕੇ ਇਸ ਤਰ੍ਹਾਂ ਨੌਜਵਾਨਾਂ ਵੱਲ ਹਮਲਾ ਕਰਦੇ, ਇਹਨਾਂ ਤਾਂ ਕੋਈ ਸੇਫਟੀ ਤਾਂ ਹੈ ਹੀ ਨਹੀਂ ਕਿਸੇ ਦੀ। ਸੇਫਟੀ ਕੀ ਕਿਹਾ, ਤੁਹਾਡੇ ਸਾਹਮਣੇ ਤੁਸੀਂ ਵੀ ਸੀ ਸੀ ਟੀ ਵੀ ਦੇਖੀ ਭਾਜੀ, ਕੀ ਕਹਿ ਸਕਦੇ ਇਹਦੇ ਬਾਰੇ ਦੱਸੋ ਹੁਣ? ਕੀ ਮੰਗ ਕੀ ਕਰਦੇ ਹੋ ਤੁਸੀਂ, ਸ਼ਿਕਾਇਤ ਦਿੱਤੀ ਪੁਲਿਸ ਨੂੰ? ਭਾਜੀ ਸ਼ਿਕਾਇਤ ਅਸੀਂ ਦਿੱਤੀ ਨੇ, ਅਸੀਂ ਚੱਲੇ ਫਿਲਹਾਲ ਦੇਣ ਅਸੀਂ ਅਤੇ ਦੇਖਣੇ ਕੀ ਪੁਲਿਸ ਦੀ ਕਾਰਵਾਈ ਕੀ ਕਹਿੰਦੇ। ਹਾਂਜੀ ਸਰ, ਜਿਹੜਾ ਤਲਵਾੜੇ ਦੇ ਵਿੱਚ ਇੱਕ ਗੁੰਡਾਗਰਦੀ ਹੈਗਾ, ਨੰਗਾ ਨਾਚ ਆਇਆ, ਉਹਦੇ ਬਾਰੇ ਕੀ ਜਾਣਕਾਰੀ ਹੈਗੀ? ਤਾਂ ਕੱਲ੍ਹ ਨਾ ਇੱਕ ਮੀਡੀਆ ਵਿੱਚ ਇੱਕ ਖਬਰ ਚੱਲ ਰਹੀ ਹੈ ਵੀ ਤਲਵਾੜਾ ਦੇ ਵਿੱਚ ਗੁੰਡਾਗਰਦੀ ਦਾ ਨਾਚ, ਉਹਦੇ ਸੰਬੰਧੀ ਮੈਂ ਸਪਸ਼ਟ ਕਰਨਾ ਚਾਹੁੰਦਾ ਵੀ ਇਹ ਜਿਹੜਾ ਝਗੜਾ ਹੈ ਆਪਣੇ ਸੁਭਾਸ਼ ਨਗਰ ਦੇ ਰਹਿਣ ਵਾਲੇ, ਉਹਨਾਂ ਨੂੰ 4 ਮੁੰਡਿਆਂ ਨੇ ਉਹਦੇ ਨਾਲ ਹੈਂਡਲਿੰਗ ਕੀਤੀ ਸੀ। ਅਸੀਂ ਉਸ ਸੰਬੰਧ ਵਿੱਚ 4 ਜਿਹੜੇ ਦੋਸ਼ੀ ਆ ਉਹਨਾਂ ਨੂੰ ਅਰੈਸਟ ਕਰ ਲਿਆ ਅਤੇ ਉਹਨਾਂ ਦੇ ਖਿਲਾਫ਼ ਰੋਕੂ ਕਾਰਵਾਈ ਕਰਕੇ ਅਤੇ ਉਹਨਾਂ ਦੀ ਜਿਹੜੀ ਹੈ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇੱਦਾਂ ਜਿਹੜੇ ਗੁੰਡਾਗਰਦੀ ਵਾਲੀ ਜਿਹੜੀ ਖਬਰ ਲੱਗੀ ਹੈ ਇਹ ਬਿਲਕੁਲ ਇੱਦਾਂ ਦੀ ਕੋਈ, ਸਾਰਾ ਕੁਝ ਅੰਡਰ ਕੰਟਰੋਲ ਆ, ਸਾਰਾ ਕੁਝ ਸੁਰੱਖਿਆ ਦੀ ਭਾਵਨਾ ਹੈ। ਸਰ, ਜਿਹੜੇ ਸੀ ਸੀ ਕੈਮਰੇ 'ਚ ਫੋਟੋਜ਼ ਆਏ ਉਹਦੇ ਬਾਰੇ ਕੀ ਜਾਣਕਾਰੀ? ਫੋਟੋਜ਼ ਦੇ ਵਿੱਚ ਤੁਸੀਂ ਵੀ ਦੇਖਿਆ ਹੋਣਾ ਵੀ ਉਹ ਸਿਰਫ ਇੱਕ ਹੈਂਡਲਿੰਗ ਉਹਨੂੰ ਬਜ਼ੁਰਗ ਦੀ ਸਪੇਅਰ ਮਾਰੀ ਹੈ, ਇੱਕ ਕੋਈ ਵੈਪਨ ਨਹੀਂ ਇਹਦੇ ਵਿੱਚ, ਕੋਈ ਇੱਦਾਂ ਦੀ ਕੋਈ ਗੱਲਬਾਤ ਨਹੀਂ ਹੈ। ਬਟ ਫਿਰ ਵੀ ਅਸੀਂ ਇਮੀਡੀਏਟਲੀ ਉਹਨਾਂ ਨੂੰ ਜਿਹੜੇ ਮੁੰਡੇ ਸੀ ਉਹਨਾਂ ਨੂੰ ਅਸੀਂ ਟਰੇਸ ਕਰਕੇ ਉਹਨਾਂ ਨੂੰ ਅਰੈਸਟ ਕਰ ਲਿਆ ਅਤੇ ਉਹਨਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕਰ ਦਿੱਤੀ ਗਈ। ਸਰ, ਕੀ ਇਹ ਦੋ ਪਰਿਵਾਰਾਂ ਦੀ ਆਪਸੀ ਲੜਾਈ ਸੀ, ਕੀ ਝਗੜਾ ਸੀ? ਨਹੀਂ, ਇਹ ਅਚਾਨਕ ਉਹ ਲੜਕੇ ਉੱਥੇ ਖਲੋਤੇ ਹੋਏ ਅਤੇ ਉਹ ਬਜ਼ੁਰਗ ਨੇ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਇੱਥੇ ਕਿਉਂ ਖਲੋਤੇ ਆ, ਅਤੇ ਦੋਨੇ ਜਿਹੜੇ ਬੱਚੇ ਆ ਉਹ ਥੋੜ੍ਹੇ ਨਿਤਾਇਜੇ 'ਚ ਆ ਗਏ ਅਤੇ ਉਹਨਾਂ ਨੇ ਬਜ਼ੁਰਗ ਦੇ ਸਪੇਅਰ ਮਾਰ ਦਿੱਤੀ। ਫਿਰ ਅਸੀਂ ਇਮੀਡੀਏਟਲੀ ਅਰੈਸਟ ਕਰਕੇ ਉਹ ਜਿਹੜੇ 4 ਮੁੰਡੇ ਨੇ ਉਹਨਾਂ ਨੂੰ ਅਰੈਸਟ ਕਰ ਲਿਆ ਅਤੇ ਉਹਨਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਤੀ ਗਈ। ਠੀਕ।